ਸਿੱਖ ਕੌਮ ਦੇ ਇਹਨਾਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਦੇ ਅੰਦਰ ਸਤਿਗੁਰੂ ਲਈ ਅਤੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਉਹਨਾਂ ਸਥਾਨਾਂ ਲਈ ਅਥਾਹ ਪਿਆਰ ਸੀ। ਸਰਦਾਰ ਜੱਸਾ ਸਿੰਘ ਜੀ ਆਲੂਵਾਲੀ ਅਦੀ ਅਗਵਾਈ ਥੱਲੇ ਜਦੋਂ ਕੌਮ ਬੜੇ ਸ਼ਾਨੋ ਸ਼ੌਕ ਨਾਲ ਜਿਉ ਰਹੀ ਸੀ, ਹਰ ਰੋਜ਼ ਨਵੇਂ ਨਵੇਂ ਪ੍ਰਾਣੀ ਆ ਕੇ ਅੰਮ੍ਰਿਤ ਦੀ ਦਾਤ ਲੈਂਦੇ, ਜਦੋਂ ਕਿ ਅੰਮ੍ਰਿਤ ਛਕਣਾ ਸਿੱਖ ਬਣਨਾ ਸਿੱਧਾ ਹੀ ਮੌਤ ਦੇ ਮੂੰਹ ਵਿੱਚ ਜਾਣਾ ਸੀ, ਪਰ ਇਹਨਾਂ ਸਿੰਘਾਂ ਦੇ ਜੀਵਨ ਕਿਤਨੇ ਉੱਚੇ ਸੀ ਜਿਨ੍ਹਾਂ ਨੂੰ ਵੇਖ ਕੇ ਲੋਕ ਮੌਤ ਨੂੰ ਤੁੱਛ ਸਮਝਦੇ ਅਤੇ ਸਿੱਖੀ ਨੂੰ ਉਸ ਤੋਂ ਵੱਡੀ ਦਾਤ ਸਮਝ ਕੇ ਜੀਵਨ ਵਿੱਚ ਅਪਣਾਉਂਦੇ। ਇੱਕ ਵਾਰ ਜਦੋਂ ਸਰਹੰਦ ਫਤਿਹ ਕੀਤੀ ਗਈ ਅਤੇ ਸਰਹੰਦ ਤੋਂ ਸਾਰੇ ਖਾਲਸੇ ਨੇ ਰਲ ਕੇ ਹਮਲਾ ਕੀਤਾ ਸੀ, ਕਿਉਂਕਿ ਇੱਥੋਂ ਦੇ ਹਾਕਮ ਬੜਾ ਜ਼ਾਲਮ ਜ਼ੁਲਮ ਕਰਨ ਵਾਲਾ ਸੀ। ਜਦੋਂ ਫਤਿਹ ਕੀਤੀ ਗਈ 9 ਲੱਖ ਰੁਪਈਆ ਸਰਦਾਰ ਜੱਸਾ ਸਿੰਘ ਜੀ ਦੇ ਹੱਥੀਂ ਆਇਆ, ਇਹਨਾਂ ਨੇ ਚਾਦਰ ਵਿਛਾ ਦਿੱਤੀ, ਉਹਦਾ ਨਾਂ ਰੱਖਿਆ ਇਹ ਗੁਰੂ ਕੀ ਚਾਦਰ ਏ। 9 ਲੱਖ ਰੁਪਈਆ ਸਾਰਾ ਜੋ ਕੁਛ ਲੁੱਟ ਦਾ ਮਾਲ ਹੱਥੀਂ ਆਇਆ ਸੀ ਸਰਕਾਰੀ ਖਜ਼ਾਨੇ ਦਾ, ਉਹਦੇ 'ਤੇ ਢੇਰੀ ਕੀਤਾ। ਬਾਕੀ ਖਾਲਸਾ ਪੰਥ ਦੇ ਜਿਹੜੇ ਆਗੂ ਸਨ ਵੱਖ ਵੱਖ ਮਿਸਲਾਂ ਦੇ, ਉਹਨਾਂ ਨੂੰ ਵੀ ਕਿਹਾ, ਭਾਈ ਤੁਸੀਂ ਵੀ ਵੱਧ ਤੋਂ ਵੱਧ ਜੋ ਤੁਹਾਡੇ ਕੋਲ ਮਾਲ ਆਇਆ ਇਹ ਚਾਦਰ 'ਤੇ ਰੱਖੋ, ਕਿਉਂ ਇਹਦਾ ਕਾਰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਨਰਾਦਰੀ ਅਬਦਾਲੀ ਨੇ ਕੀਤੀ ਹੈ, ਉਹਨੇ ਹਰਿਮੰਦਰ ਢਾਇਆ ਏ, ਅਤੇ ਸਾਡੀ ਜ਼ਿੰਦਗੀ ਸਭ ਤੋਂ ਜ਼ਰੂਰੀ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਣ ਸਨਮਾਨ। ਅਸੀਂ ਚਾਹੁੰਦੇ ਹਾਂ ਦੁਬਾਰਾ ਹਰਿਮੰਦਰ ਸਾਹਿਬ ਉਸੇ ਰੂਪ ਵਿੱਚ ਬਣੇ ਅਤੇ ਸਰੋਵਰ ਤਿਆਰ ਹੋਵੇ, ਉਹਦੇ ਲਈ ਮਾਇਆ ਚਾਹੀਦੀ ਏ। ਖਾਲਸੇ ਨੇ ਆਪਣੀ ਰੋਟੀ ਦਾ ਪ੍ਰਬੰਧ ਨਹੀਂ ਕੀਤਾ, ਉਹਨਾਂ ਨੇ ਸ਼ਸਤਰਾਂ ਵੱਲ ਨਹੀਂ ਉਦੋਂ ਧਿਆਨ ਕੀਤਾ। ਉਦੋਂ 5 ਲੱਖ ਰੁਪਈਆ ਹੋਰ ਅਤੇ 14 ਲੱਖ ਰੁਪਈਆ ਭਾਈ ਦੇਸ ਰਾਜ ਨੂੰ ਦਿੱਤਾ ਵੀ ਤੁਸੀਂ ਇਹ ਸਾਰੀ ਸੇਵਾ ਦੁਬਾਰਾ ਤੋਂ ਕਰਵਾਓ। ਤਾਂ ਉਹਨਾਂ ਨੇ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਰਹਿਮਤ ਨਾਲ ਕਰਵਾਈ। ਅਤੇ ਇੱਕ ਵਾਰ ਦੀਵਾਨ ਕੌੜਾ ਮੱਲ ਦੀ ਮਦਦ 'ਤੇ ਉਹਨੇ ਮਦਦ ਮੰਗੀ ਖਾਲਸੇ ਦੀ, ਕਿਉਂਕਿ ਵੈਸੇ ਤੂੰ ਮੀਰ ਮੰਨੂ ਦੀ ਹਕੂਮਤ ਦਾ ਸੀ ਨਾ ਉਹ ਖਾਕਮ। ਅਤੇ ਜਦੋਂ ਮੁਲਤਾਨ ਦੀ ਮੁਹਿੰਮ 'ਤੇ ਭੇਜਿਆ, ਦੀਵਾਨ ਕੌੜਾ ਮੱਲ ਜਾਣਦਾ ਮੁਲਤਾਨ 'ਤੇ ਜਿੱਤ ਪ੍ਰਾਪਤ ਕਰਨੀ ਮੇਰੇ ਵੱਸ ਦਾ ਕੰਮ ਨਹੀਂ। ਉਹਨੇ ਖਾਲਸੇ ਤੋਂ ਮਦਦ ਮੰਗੀ। ਖਾਲਸੇ ਨੇ ਕਿਹਾ ਵੀ ਹਮੇਸ਼ਾ ਸਾਡੇ ਕੰਮ ਆਉਂਦਾ ਦੀਵਾਨ ਕੌੜਾ ਮੱਲ, ਅਸੀਂ ਮਦਦ ਕਰਾਂਗੇ। ਪਰ ਦੀਵਾਨ ਕੌੜਾ ਮੱਲ ਨੇ ਵੀ ਕਿਹਾ ਸੀ ਮੈਂ ਇਹਦੀ ਕੀਮਤ ਵੀ ਜ਼ਰੂਰ ਤਾਰਾਂਗਾ। ਮੁਲਤਾਨ ਦੀ ਜੰਗ ਜਿੱਤੀ ਗਈ, ਉਹਨਾਂ ਨੇ 3 ਲੱਖ ਰੁਪਈਆ ਖਾਲਸੇ ਨੂੰ ਸਰਦਾਰ ਜੱਸਾ ਸਿੰਘ ਦੀ ਭੇਟ ਕੀਤਾ ਜਰਾਨਾ। ਇਹਨਾਂ ਨੇ ਕਿਹਾ ਬਿਲਕੁਲ ਠੀਕ ਹੈ, ਉਹ 3 ਲੱਖ ਰੁਪਈਆ ਵੀ ਲਿਆ ਅਤੇ ਉਹਨਾਂ ਨੇ ਕਿਹਾ ਸੀ ਮੈਂ ਗੁਰੂ ਘਰਾਂ ਦੀ ਸੇਵਾ ਵੀ ਕਰਾਂਗਾ। ਸਰਦਾਰ ਜੱਸਾ ਸਿੰਘ ਜੀ ਨੇ ਕਹਿ ਕੇ ਆਖਿਆ ਸੀ ਦੀਵਾਨ ਕੌੜਾ ਮੱਲ ਇਹ ਪੈਸਾ ਵੀ ਲਵੋ ਅਤੇ ਆਪਣੇ ਕੋਲੋਂ ਕੁਝ ਲਾ ਕੇ ਨਨਕਾਣਾ ਸਾਹਿਬ ਦੀ ਧਰਤੀ 'ਤੇ ਬਾਲ ਲੀਲਾ ਗੁਰਦੁਆਰਾ ਸਾਹਿਬ ਅਤੇ ਸਰੋਵਰ ਬਣਾਓ। ਉਹ ਸਰਦਾਰ ਜੱਸਾ ਸਿੰਘ ਜੀ ਨੇ ਇਹ ਸਾਰੀ ਮਾਇਆ ਦੇ ਕੇ ਗੁਰੂ ਘਰਾਂ ਦੀ ਸੇਵਾ ਕਰਵਾਈ ਸੀ। ਅੰਦਰ ਚਾਹ ਜਿੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਲਪਨ ਅੰਦਰ ਚਰਨ ਪਾਏ ਉਹ ਸਥਾਨ ਸੋਹਣਾ ਬਣੇ, ਉੱਥੇ ਸਰੋਵਰ ਬਣੇ। ਗੁਰੂ ਰਾਮਦਾਸ ਪਿਤਾ ਦੀਆਂ ਬਖਸ਼ਾਂ ਭਰਿਆ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਸੇਵਾ ਹੋਏ, ਜਿੱਥੋਂ ਹਰ ਕੋਈ ਆ ਕੇ ਰੱਬੀ ਰਹਿਮਤਾਂ ਨੂੰ ਪ੍ਰਾਪਤ ਕਰ ਸਕੇ। ਇਹ ਸੀ ਸਾਡੇ ਆਗੂਆਂ ਦਾ ਸਤਿਗੁਰੂ ਜੀ ਦੀ ਚਰਨ ਧੂੜ ਅਤੇ ਉਹਨਾਂ ਸਥਾਨਾਂ ਨਾਲ ਪਿਆਰ ਜਿੱਥੇ ਉਹਨਾਂ ਦੇ ਚਰਨ ਪਏ ਹੋਏ ਸੀ।